ਤਾਰੀਖ ਸਾਨੂੰ ਇਹ ਦੱਸਦੀ ਹੈ ਕਿ ਆਤਮਾ ਰਾਮ ਜੀ ਦੀ ਮਾਂ ਜਿਹੜੇ ਨੇ ਉਹ ਇੱਕ ਐਸੇ ਖਾਨਦਾਨ ਦੇ ਨਾਲ ਜੁੜ ਗਏ, ਉਹਨਾਂ ਦੇ ਨਾਲ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਜਿਨ੍ਹਾਂ ਦਾ ਤਲਕ ਜੈਨ ਮਜ਼ਹਬ ਦੇ ਨਾਲ ਸੀ। ਔਰ ਇੱਥੋਂ ਹੀ ਆਤਮਾ ਰਾਮ ਜੀ ਦੀ ਜੈਨ ਮਤ ਦੇ ਨਾਲ ਕਹਾਣੀ ਜਿਹੜੀ ਹੈ ਉਹਦਾ ਆਗਾਜ਼ ਹੋਇਆ। ਅਸਲਾਮ ਵਾਲੇਕਮ ਨਾਜ਼ਰੀਨ, ਸ਼ਹਜ਼ਾਦ ਦੀ ਬੈਠਕ 'ਚ ਖੁਸ਼ ਆਮਦੀ, ਅਤੇ ਅੱਜ ਅਸੀਂ ਪਹੁੰਚੇ ਹਾਂ ਗੁਜਰਾਂਵਾਲਾ, ਅਤੇ ਅੱਜ ਅਸੀਂ ਤੁਹਾਨੂੰ ਜੈਨ ਮੱਤ ਦੇ ਮਸ਼ਹੂਰ ਜਿਹੜੇ ਰੂਹਾਨੀ ਸ਼ਖਸੀਅਤ ਸਨ ਆਤਮਾ ਰਾਮ ਜੀ, ਉਹਨਾਂ ਦੀ ਸਮਾਧੀ ਵਿਖਾਉਣ ਵਾਲੇ ਹਾਂ। ਉਮੀਦ ਹੈ ਕਿ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਜਿਹੜੀ ਪਸੰਦ ਆਏਗੀ, ਅਤੇ ਅਗਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਪਸੰਦ ਆਏ ਤਾਂ ਫਿਰ ਜਲਦੀ ਨਾਲ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਲਾਈਕ ਕਰਨਾ ਅਤੇ ਦੋਸਤਾਂ ਯਾਰਾਂ ਨਾਲ ਸ਼ੇਅਰ ਕਰਨਾ। ਅਤੇ ਚਲੋ ਚੱਲਦੇ ਹਾਂ, ਅਤੇ ਤੁਹਾਨੂੰ ਆਤਮਾ ਰਾਮ ਜੀ ਦੀ ਸਮਾਧੀ ਵਿਖਾਉਂਦੇ ਹਾਂ ਅਤੇ ਹਿਸਟਰੀ ਦੇ ਬਾਰੇ 'ਚ ਦੱਸਦੇ ਹਾਂ। ਨਾਜ਼ਰੀਨ, ਤੁਹਾਨੂੰ ਆਤਮਾ ਰਾਮ ਜੀ ਦੇ ਬਾਰੇ 'ਚ ਦੱਸਦੇ ਜਾਈਏ ਕਿ ਆਤਮਾ ਰਾਮ ਜੀ ਜਿਹੜੇ ਨੇ ਉਹ ਜੈਨ ਮੱਤ ਦੇ ਇੱਕ ਅਜ਼ੀਮ ਮੁਫੱਕਰ ਅਤੇ ਸਕਾਲਰ ਸਨ, ਔਰ ਉਹ ਇੱਕ ਐਸੇ ਸ਼ਖਸ ਸਨ ਜਿਨ੍ਹਾਂ ਨੂੰ ਸਦੀਆਂ ਬਾਅਦ ਆਚਾਰੀਆ ਦਾ ਜਿਹੜਾ ਖਿਤਾਬ ਦਿੱਤਾ ਗਿਆ। ਔਰ ਆਚਾਰੀਆ ਜੈਨ ਮੱਤ ਦੇ ਵਿੱਚ ਇੱਕ ਐਸੇ ਆਲਮ ਨੂੰ ਆਖਿਆ ਜਾਂਦਾ ਵੇ ਜਿਹਨੂੰ ਜੈਨ ਮੱਤ ਦੀ ਰਸੂਮਾਤ ਦੇ ਉੱਤੇ ਅਤੇ ਜੈਨ ਮੱਤ ਦੇ ਮਜ਼ਹਬੀ ਅਕਾਇਦ ਉੱਤੇ ਮੁਕੰਮਲ ਅਬੂਰ ਜਿਹੜਾ ਹਾਸਲ ਹੁੰਦਾ ਵੇ। ਅਤੇ ਸਦੀਆਂ ਬਾਅਦ ਆਤਮਾ ਰਾਮ ਜੀ ਉਹ ਵਾਹਿਦ ਸ਼ਖਸ ਸਨ ਜਿਨ੍ਹਾਂ ਨੂੰ ਆਚਾਰੀਆ ਦਾ ਖਿਤਾਬ ਮਿਲਿਆ। ਨਾਜ਼ਰੀਨ, ਤੁਹਾਨੂੰ ਦੱਸਦੇ ਜਾਈਏ ਕਿ ਆਤਮਾ ਰਾਮ ਜੀ 6 April 1837 ਦੇ ਵਿੱਚ ਲਹਿਰਾ, ਜਿਹੜਾ ਕਿ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਵਾਕਿਆ ਵੇ, ਉੱਥੇ ਗਣੇਸ਼ ਚੰਦਰ ਅਤੇ ਰੂਪ ਦੇਵੀ ਹੋਰਾਂ ਦੇ ਘਰ ਪੈਦਾ ਹੋਏ। ਇਹਨਾਂ ਦਾ ਤਾਲਕ ਜਿਹੜਾ ਹੈ ਉਹ ਕਸ਼ਤਰੀ ਹਿੰਦੂ ਖਾਨਦਾਨ ਦੇ ਨਾਲ ਸੀ, ਅਤੇ ਇਹਨਾਂ ਦੇ ਵਾਲਦ ਜਿਹੜੇ ਨੇ ਉਹ ਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਇੱਕ ਸਿਪਾਹੀ ਸਨ। ਅਤੇ ਜਦੋਂ ਆਤਮਾ ਰਾਮ ਜੀ ਹਜੇ ਛੋਟੀ ਸਨ ਅਤੇ ਇਹਨਾਂ ਦੇ ਵਾਲਦ ਜਿਹੜੇ ਨੇ ਉਹ ਵਫਾਤ ਪਾ ਗਏ, ਅਤੇ ਵਾਲਦ ਦੀ ਵਫਾਤ ਤੋਂ ਬਾਅਦ ਇਹਨਾਂ ਦੀ ਵਾਲਦਾ ਜਿਹੜੇ ਨੇ ਉਹ ਆਤਮਾ ਰਾਮ ਜੀ ਨੂੰ ਲੈ ਕੇ ਹੁਸ਼ਿਆਰਪੁਰ ਚਲੇ ਗਏ, ਅਤੇ ਇਹਨਾਂ ਦੀ ਪਰਵਰਿਸ਼ ਜਿਹੜੀ ਹੈ ਉਹਨਾਂ ਦੀ ਵਾਲਦਾ ਨਹੀਂ ਕੀਤੀ। ਤਾਰੀਖ ਸਾਨੂੰ ਇਹ ਦੱਸਦੀ ਹੈ ਕਿ ਆਤਮਾ ਰਾਮ ਜੀ ਦੀ ਮਾਂ ਜਿਹੜੇ ਨੇ ਉਹ ਇੱਕ ਐਸੇ ਖਾਨਦਾਨ ਦੇ ਨਾਲ ਜੁੜ ਗਏ, ਉਹਨਾਂ ਦੇ ਨਾਲ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਜਿਨ੍ਹਾਂ ਦਾ ਤਲਕ ਜੈਨ ਮਜ਼ਹਬ ਦੇ ਨਾਲ ਸੀ। ਔਰ ਇੱਥੋਂ ਹੀ ਆਤਮਾ ਰਾਮ ਜੀ ਦੀ ਜੈਨ ਮੱਤ ਦੇ ਨਾਲ ਕਹਾਣੀ ਜਿਹੜੀ ਹੈ ਉਹਦਾ ਆਗਾਜ਼ ਹੋਇਆ। ਔਰ ਆਤਮਾ ਰਾਮ ਜੀ ਨੇ ਜੈਨ ਮੱਤ ਦੇ ਜਿਹੜੇ ਆਲਮ ਸਨ, ਮੁਫੱਕਰੀਨ ਸਨ, ਉਹਨਾਂ ਦੇ ਨਾਲ ਮਿਲਣਾ ਸ਼ੁਰੂ ਕੀਤਾ ਅਤੇ ਉਹਨਾਂ ਕੋਲ ਜੈਨ ਮੱਤ ਦੀਆਂ ਤਾਲੀਮਾਂ ਜਿਹੜੀਆਂ ਨੇ ਉਹ ਹਾਸਲ ਕਰਨੀਆਂ ਸ਼ੁਰੂ ਕਰ ਦਿੱਤੀਆਂ। ਨਾਜ਼ਰੀਨ, ਤੁਹਾਨੂੰ ਦੱਸਦੇ ਜਾਈਏ ਕਿ ਆਤਮਾ ਰਾਮ ਜੀ ਨੂੰ ਆਚਾਰੀਆ ਵਿਜੈਆਨੰਦ ਸੂਰੀ ਵੀ ਆਖਿਆ ਜਾਂਦਾ ਵੇ, ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਪੰਜਾਬ ਦੀ ਇੱਕ ਐਸੀ ਹਸਤੀ ਸਨ ਜਿਨ੍ਹਾਂ ਨੇ ਜੈਨ ਮੱਤ ਦੇ ਮੰਨਣ ਵਾਲਿਆਂ ਵਾਸਤੇ ਅਤੇ ਜੈਨ ਮੱਤ ਦੇ ਜਿਹੜੇ ਪੈਰੋਕਾਰ ਸਨ ਉਹਨਾਂ ਵਾਸਤੇ ਨਵੀਆਂ ਰਾਹਾਂ ਖੋਲ੍ਹੀਆਂ, ਔਰ ਜੈਨ ਮੱਤ ਨੂੰ ਪੰਜਾਬ ਦੇ ਵਿੱਚ ਦੁਬਾਰਾ ਤੋਂ ਉਹਦਾ ਰਿਵਾਈਵਲ ਕਰਨ ਦੇ ਵਿੱਚ, ਦੁਬਾਰਾ ਤੋਂ ਉਹਨੂੰ ਇਸ ਮਜ਼ਹਬ ਦੀ ਪਹਿਚਾਣ ਕਰਵਾਉਣ ਦੇ ਵਿੱਚ, ਉਹਦੀ ਸ਼ਨਾਖਤ ਕਰਵਾਉਣ ਦੇ ਵਿੱਚ ਅਹਿਮ ਕਿਰਦਾਰ ਅਦਾ ਕੀਤਾ। ਨਾਜ਼ਰੀਨ, ਤੁਹਾਨੂੰ ਦੱਸਦੇ ਜਾਈਏ ਕਿ ਆਤਮਾ ਰਾਮ ਜੀ ਦੀ ਇਹ ਤਾਰੀਖੀ ਸਮਾਧੀ ਜਿਹੜੀ ਹੈ ਉਹ ਕਿਆਮੇ ਪਾਕਿਸਤਾਨ ਤੋਂ ਬਾਅਦ ਇੱਕ ਥਾਣੇ ਦੀ ਸ਼ਕਲ ਇਖਤਿਆਰ ਕਰ ਗਈ, ਕਿਉਂਕਿ ਇੱਥੇ ਇੱਕ ਥਾਣਾ ਕਾਇਮ ਕਰ ਦਿੱਤਾ ਗਿਆ ਔਰ ਇਹ ਕਾਫੀ ਅਰਸੇ ਤੀਕਰ ਪੁਲਿਸ ਦੇ ਇਸਤੇਮਾਲ ਦੇ ਵਿੱਚ ਰਹੀ, ਲੇਕਿਨ ਬਾਲਾਖਰ ਪੁਲਿਸ ਨੇ ਇਸ ਸਮਾਧ ਨੂੰ ਖਾਲੀ ਕਰ ਦਿੱਤਾ ਅਤੇ ਹੁਣ ਇਸ ਸਮਾਧ ਦੀ ਰੈਨੋਵੇਸ਼ਨ ਕੀਤੀ ਜਾ ਰਹੀ ਹੈ। ਔਰ ਯਕੀਨਨ ਇਹ ਇਕਦਾਮਾਤ ਜਿਹੜੇ ਨੇ ਹਕੂਮਤ ਪਾਕਿਸਤਾਨ ਵੱਲੋਂ ਬਹੁਤ ਹੀ ਖੁਸ਼ ਆਇੰਦ ਨੇ, ਔਰ ਇਹਦੀ ਜਿੰਨੀ ਤਾਰੀਫ ਕੀਤੀ ਜਾਏ ਘੱਟ ਹੈ। ਔਰ ਕਿਉਂਕਿ ਇਸ ਤਰ੍ਹਾਂ ਦੇ ਤਾਰੀਖੀ ਵਿਰਸਾ ਜਾਤ ਜਿਹੜੇ ਕਿ ਸਾਡੀ ਮੁਸ਼ਤਰਕਾ ਸ਼ਨਾਖਤ ਨੂੰ ਜ਼ਾਹਿਰ ਕਰਦੇ ਨੇ, ਜਿਹੜੇ ਖਾਸ ਤੌਰ 'ਤੇ ਸਾਡੇ ਪੰਜਾਬੀਆਂ ਦਾ ਮਾਣ ਵਧਾਉਂਦੇ ਨੇ, ਉਹਨਾਂ ਨੂੰ ਮਹਿਫੂਜ਼ ਬਣਾਇਆ ਜਾਣਾ ਔਰ ਉਹਨਾਂ ਦੇ ਵਾਸਤੇ ਕੰਮ ਕੀਤਾ ਜਾਣਾ ਬਹੁਤ ਹੀ ਖੁਸ਼ਗਵਾਰ ਅਮਲ ਹੈ, ਔਰ ਇਹਦੀ ਜਿੰਨੀ ਤਾਰੀਫ ਕੀਤੀ ਜਾਏ ਉਹ ਘੱਟ ਹੈ। ਨਾਜ਼ਰੀਨ, ਤੁਹਾਨੂੰ ਦੱਸਦੇ ਜਾਈਏ ਕਿ ਇਸ ਇਮਾਰਤ ਦੇ ਤਿੰਨ ਹਿੱਸੇ ਨੇ। ਇਹ ਮਰਕਜ਼ੀ ਹਿੱਸਾ ਵੇ ਜਿੱਥੇ ਆਤਮਾ ਰਾਮ ਜੀ ਦੀਆਂ ਆਖਰੀ ਰਸੂਮਾਂ ਜਿਹੜੀਆਂ ਨੇ ਅਦਾ ਕੀਤੀਆਂ ਗਈਆਂ, ਔਰ ਇਹ ਇਮਾਰਤ ਜਿਹੜੀ ਹੈ ਮੰਦਰ ਦੇ ਤੌਰ 'ਤੇ ਵੀ ਇਸਤੇਮਾਲ ਹੁੰਦੀ ਹੈ। ਇਹਦੇ ਇਲਾਵਾ ਦੂਸਰੀ ਇਮਾਰਤ ਹੈ ਜਿਹੜੀ ਰਿਹਾਇਸ਼ੀ ਇਲਾਕੇ ਦੇ ਤੌਰ 'ਤੇ ਇਸਤੇਮਾਲ ਹੁੰਦੀ ਰਹੀ, ਜਿੱਥੇ ਮੁਖਤਲਿਫ
संगत आ के ठहरदियां रहियां और इत्थे अपनी इबादत करदियां रहियां। नाज़रीन, इस इमारत दे विच बहुत सारे तारीखी चीज़ां सन, मूर्तियां सन और तारीखी नवादरार सन जिहड़ियां के इत्थों लाहौर दे म्यूजियम दे विच मुंतकिल कर दित्तियां गईयां, जिहड़ियां अज भी उत्थे जैन गैलरी दे विच वेखियां जा सकदियां ने। ਇਹਦੇ ਇਲਾਵਾ ਨਾਜ਼ਰੀਨ, ਤੁਹਾਨੂੰ ਇਹ ਵੀ ਦੱਸਦੀ ਜਾਈਏ ਕਿ ਇਹ ਤਾਰੀਖੀ ਇਮਾਰਤ ਜਿਹੜੀ ਹੈ ਇਹਦੇ ਵਿੱਚ ਸੰਗੇ ਮਰਮਰ ਅਤੇ ਸੁਰਖ ਟਾਇਲਾਂ ਦਾ ਇਸਤੇਮਾਲ ਜਿਹੜਾ ਬੜੀ ਹੀ ਖੂਬਸੂਰਤੀ ਦੇ ਨਾਲ ਕੀਤਾ ਗਿਆ ਸੀ ਔਰ ਇਹ ਇਮਾਰਤ ਅੱਜ ਵੀ ਇੱਥੇ ਮੌਜੂਦ ਹੈ ਔਰ ਸਭ ਨਾਲ ਅੱਛੀ ਗੱਲ ਇਹ ਵੇ ਕਿ ਇਹਦੀ ਰੈਨੋਵੇਸ਼ਨ ਹੋਣ ਡੀ ਹੈ ਔਰ ਇਹ ਰੈਨੋਵੇਸ਼ਨ ਯਕੀਨਨ ਇੱਥੇ ਆਉਣ ਵਾਲਿਆਂ ਵਾਸਤੇ ਇੱਕ ਖੁਸ਼ਗਵਾਰ ਇਜ਼ਾਫੇ ਦਾ ਬਾਇਸ ਬਣੇਗੀ ਔਰ ਲੋਕ ਇੱਥੇ ਆਉਣਗੇ ਔਰ ਆਪਣੇ ਇਸ ਮੁਸ਼ਤਰਕਾ ਸਕਾਫਤੀ ਵਿਰਸੇ ਨੂੰ ਵੇਖਣਗੇ ਔਰ ਆਤਮਾ ਰਾਮ ਜੀ ਦੇ ਨਾਲ ਆਪਣੀ ਕੀਦਤ ਦਾ ਇਜ਼ਹਾਰ ਕਰਨਗੇ। ਨਾਜ਼ਰੀਨ, ਤੁਹਾਨੂੰ ਦੱਸਦੇ ਜਾਈਏ ਕਿ 1886 ਦੇ ਵਿੱਚ ਇਹਨਾਂ ਦੀ ਜਮਾਤ ਨੇ ਇਹਨਾਂ ਨੂੰ ਆਚਾਰੀਆ ਦਾ ਖਿਤਾਬ ਦਿੱਤਾ ਔਰ ਇਹ ਵਾਕਿਆ ਬਹੁਤ ਹੀ ਅਹਿਮ ਸੀ, ਖਾਸ ਤੌਰ 'ਤੇ ਇੱਕ ਪੰਜਾਬੀ ਵਾਸਤੇ, ਕਿਉਂਕਿ 4 ਸਦੀਆਂ ਤੋਂ ਕਿਸੇ ਵੀ ਸੰਨਿਆਸੀ ਨੂੰ ਜੈਨ ਮੱਤ ਦੇ ਵਿੱਚ ਆਚਾਰੀਆ ਦਾ ਖਿਤਾਬ ਨਹੀਂ ਮਿਲਿਆ ਸੀ। ਆਚਾਰੀਆ ਦਾ ਖਿਤਾਬ ਇੱਕ ਬਹੁਤ ਹੀ ਉੱਚਾ ਖਿਤਾਬ ਸੀ ਜਿਹੜਾ ਕਿ ਸਦੀਆਂ ਬਾਅਦ ਕਿਸੇ ਪੰਜਾਬੀ ਨੂੰ ਅਤਾ ਕੀਤਾ ਗਿਆ ਸੀ, ਕਿਉਂਕਿ ਇਹ ਉਹ ਆਲਮ ਸਨ, ਇਹ ਉਹ ਮੁਫੱਕਰ ਸਨ, ਇਹ ਉਹ ਅਜ਼ੀਮ ਰਹਿਨਮਾ ਸਨ ਜਿਨ੍ਹਾਂ ਨੇ ਜੈਨ ਮੱਤ ਦੇ ਮਜ਼ਹਬ 'ਤੇ ਮੁਕੰਮਲ ਅਬੂਰ ਹਾਸਲ ਕੀਤਾ ਅਤੇ 4 ਸਦੀਆਂ ਬਾਅਦ ਇਹਨਾਂ ਨੂੰ ਆਚਾਰੀਆ ਦੇ ਖਿਤਾਬ ਦੇ ਨਾਲ ਨਵਾਜ਼ਿਆ ਗਿਆ। ਨਾਜ਼ਰੀਨ, ਤੁਹਾਨੂੰ ਇਹ ਵੀ ਦੱਸਦਾ ਜਾਵਾਂ ਕਿ ਜਿਹੜੇ ਆਤਮਾ ਰਾਮ ਜੀ ਨੇ ਉਹ ਹਿੰਦੀ ਅਤੇ ਰਿਆਜ਼ੀ ਦੇ ਬੜੇ ਮਾਹਿਰ ਸਨ ਔਰ 1853 ਦੇ ਵਿੱਚ ਉਹਨਾਂ ਨੇ ਆਪਣੇ ਜਿਹੜੀ ਸਾਧੂਪਨ ਦੀ ਜ਼ਿੰਦਗੀ ਸੀ, ਸਾਧੂਆਂ ਵਾਲੀ ਜ਼ਿੰਦਗੀ ਸੀ, ਉਹਦਾ ਆਗਾਜ਼ ਕੀਤਾ ਔਰ ਇਸ ਦੌਰਾਨ ਉਹਨਾਂ ਨੇ ਸੰਸਕ੍ਰਿਤ ਦੀ ਗ੍ਰਾਮਰ ਸਿੱਖੀ, ਫਲਸਫਾ ਅਤੇ ਮੰਤਕ ਪੜ੍ਹਿਆ। ਇਹਦੇ ਇਲਾਵਾ ਜੈਨ ਮੱਤ ਦੇ ਉਹ ਅਲੂਮ ਜਿਹੜੇ ਦੁਨੀਆ ਤੋਂ ਓਝਲ ਹੋ ਗਏ ਸਨ ਔਰ ਦੁਨੀਆ ਨੂੰ ਨਜ਼ਰ ਨਹੀਂ ਸਨ ਆਂਡੇ, ਉਹਨਾਂ ਨੂੰ ਦੁਬਾਰਾ ਤੋਂ ਮੁਤਾਰਫ ਕਰਵਾਇਆ ਔਰ ਜੈਨ ਮੱਤ ਨੂੰ ਇਸ ਖਿੱਤੇ ਦੇ ਵਿੱਚ ਦੁਬਾਰਾ ਤੋਂ ਮੁਤਾਰਫ ਕਰਵਾਉਣ ਦੇ ਵਿੱਚ ਅਹਿਮ ਕਿਰਦਾਰ ਅਦਾ ਕੀਤਾ। ਨਾਜ਼ਰੀਨ, ਤੁਹਾਨੂੰ ਦੱਸਦਾ ਚੱਲਾਂ ਕਿ ਆਤਮਾ ਰਾਮ ਜੀ ਨੇ 1886 ਦੇ ਵਿੱਚ ਪੂਰੇ ਪੰਜਾਬ ਦਾ ਜਿਹੜਾ ਹੈ ਉਹ ਪੈਦਲ ਸਫ਼ਰ ਕੀਤਾ ਔਰ ਇਸ ਦੌਰਾਨ ਉਹਨਾਂ ਨੇ ਪੰਜਾਬ ਦੇ ਮੁਖਤਲਿਫ ਜਿਹੜੇ ਇਲਾਕੇ ਸਨ ਉਹਨਾਂ ਦੇ ਵਿੱਚ ਜਿਹੜੇ ਜੈਨ ਮੰਦਰ ਸਨ ਉਹਨਾਂ ਦਾ ਜਾਇਜ਼ਾ ਲਿਆ। ਇਹਦੇ ਇਲਾਵਾ ਜਿਹੜੇ ਅਹਿਮ ਜੈਨ ਮਸਵਦਾਤ ਸਨ, ਜਿਹੜੀਆਂ ਜੈਨ ਮੱਤ ਦੀਆਂ ਮੁਖਤਲਿਫ ਤਹਿਰੀਰਾਂ ਸਨ, ਉਹਨਾਂ ਨੂੰ ਆਮ ਕਰਨ ਦੇ ਵਿੱਚ ਅਹਿਮ ਕਿਰਦਾਰ ਅਦਾ ਕੀਤਾ। ਨਾਜ਼ਰੀਨ, ਤੁਹਾਨੂੰ ਇਹ ਵੀ ਦੱਸਦੇ ਜਾਈਏ ਕਿ 1892 ਦੇ ਵਿੱਚ ਸ਼ਿਕਾਗੋ 'ਚ ਜਦੋਂ ਆਲਮੀ ਮਜ਼ਾਹਬ ਦੀ ਪਾਰਲੀਮੈਂਟ ਦਾ ਇਨਕਾਦ ਕੀਤਾ ਗਿਆ ਅਤੇ ਉੱਥੇ ਵੀ ਆਤਮਾ ਰਾਮ ਜੀ ਨੂੰ ਮਧੂ ਕੀਤਾ ਗਿਆ ਬਤੌਰ ਜੈਨ ਮੱਤ ਦੇ ਇੱਕ ਰਾਹਿਬ ਦੇ ਤੌਰ 'ਤੇ, ਲੇਕਿਨ ਉਹਦੇ ਵਿੱਚ ਆਤਮਾ ਰਾਮ ਜੀ ਨੇ ਸ਼ਿਰਕਤ ਨਹੀਂ ਕੀਤੀ ਬਲਕਿ ਉਹਨਾਂ ਨੇ ਆਪਣਾ ਨੁਮਾਇੰਦਾ ਜਿਹੜਾ ਵੇ ਵੀਰ ਚੰਦ ਰਾਗੂ ਜੀ ਗਾਂਧੀ ਉਹਨਾਂ ਨੂੰ ਭੇਜਿਆ ਔਰ ਉਹਨਾਂ ਨੇ ਵੀ ਉੱਥੇ ਜੈਨ ਮੱਤ ਦੀ ਨੁਮਾਇੰਦਗੀ ਬੜੇ ਭਰਪੂਰ ਅੰਦਾਜ਼ ਦੇ ਵਿੱਚ ਕੀਤੀ। ਨਾਜ਼ਰੀਨ, ਤੁਹਾਨੂੰ ਦੱਸਦੇ ਜਾਈਏ ਕਿ 1896 ਦੇ ਵਿੱਚ ਗੁਜਰਾਂਵਾਲਾ ਦੇ ਵਿੱਚ ਹੀ ਆਤਮਾ ਰਾਮ ਜੀ ਦੀ ਵਫਾਤ ਹੋਈ ਅਤੇ ਉਹਨਾਂ ਦੇ ਜਿਹੜੇ ਹਵਾਰੀ ਸਨ, ਉਹਨਾਂ ਦੇ ਜਿਹੜੇ ਭਗਤ ਸਨ, ਉਹਨਾਂ ਨੇ ਇਹਨਾਂ ਦੀਆਂ ਬਾਕੀਆਤ ਨੂੰ ਇੱਥੇ ਮਹਿਫੂਜ਼ ਰੱਖਿਆ ਔਰ ਇੱਥੇ ਹੀ ਉਹਨਾਂ ਦੀ ਸਮਾਧੀ ਤਾਮੀਰ ਕੀਤੀ ਔਰ ਇਹ ਸਮਾਧ ਅੱਜ ਵੀ ਇੱਥੇ ਮੌਜੂਦ ਹੈ ਔਰ ਯਕੀਨਨ ਇਹ ਸਾਡਾ ਇੱਕ ਮੁਸ਼ਤਰਕਾ ਸਕਾਫਤੀ ਵਿਰਸਾ ਹੈ ਜਿਹਨੂੰ ਮਹਿਫੂਜ਼ ਬਣਾਉਣ ਦੀ ਜ਼ਰੂਰਤ ਹੈ ਔਰ ਖੁਸ਼ੀ ਇਸ ਗੱਲ ਦੀ ਹੈ ਕਿ ਹਕੂਮਤ ਹੁਣ ਦੁਬਾਰਾ ਤੋਂ ਇਹਦੀ ਰੈਨੋਵੇਸ਼ਨ ਕਰਨ ਦੀ ਹੈ ਔਰ ਇਹਨੂੰ ਮਹਿਫੂਜ਼ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਤੇ ਜੀ ਨਾਜ਼ਰੀਨ, ਅੱਜ ਅਸੀਂ ਪਹੁੰਚੇ ਸਾਂ ਜੈਨ ਮੱਤ ਦੀ ਅਜ਼ੀਮ ਰੂਹਾਨੀ ਸ਼ਖਸੀਅਤ ਆਤਮਾ ਰਾਮ ਜੀ ਦੀ ਸਮਾਧੀ 'ਤੇ ਜਿਹੜੀ ਕਿ ਗੁਜਰਾਂਵਾਲਾ 'ਚ ਹੀ ਵਾਕਿਆ ਹੈ ਅਤੇ ਅੱਜ ਅਸੀਂ ਤੁਹਾਨੂੰ ਆਤਮਾ ਰਾਮ ਦੀ ਸਮਾਧੀ ਵਿਖਾਈ, ਇਹਦੀ ਤਾਰੀਖ ਦੇ ਬਾਰੇ 'ਚ ਦੱਸਿਆ ਅਤੇ ਉਮੀਦ ਹੈ ਕਿ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਏਗੀ ਅਤੇ ਅਗਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਏ ਤਾਂ ਜਲਦੀ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ,
ਲਾਈਕ ਕਰਨਾ ਹੈ ਅਤੇ ਯਾਰਾਂ ਬੇਲੀਆਂ ਦੇ ਨਾਲ ਸ਼ੇਅਰ ਕਰਨਾ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।